بسم الله الرحمن الرحيم اسی کو قرآن دے بداوے نہیں کو وندنا پہ الحمد لله رب العالمين والعاقبة للمتقين أهل التقوى واليقين والصلاة والسلام أشرف الأنبياء والمرسلين صلى الله وسلم على أخيه ووصيه وابنه أمه أفضل من عبادة الصقلين على هذا قال الله تعالى في كتابه المجيد بسم الله الرحمن الرحيم وإذ أخذنا ميثاق بني إسرائيل لا تعبدون إلا الله وبالوالدين إحسانا وذي القربى واليتامى والمساكين آباد ارشاد رہو میں تو سامنے سورہ بقرہ دی آیت نمبر 180 تلاوت کیتی ہے اس آیت نمبر اللہ تبارک و تعالی نے انسان کو پوری زندگی گزارن دا طریقہ دسیا کہ تیرا اٹھن کیویں ہونا چاہیے ہے باہن کیویں ہونا چاہیے ہے والدین نال تیرا رویہ کیویں ہونا چاہیے ہے عبادت کیویں کرنی چاہیے ہے ہمسائے دے کیا حقوق ہیں مکمل اللہ تبارک و تعالی نے اس آیت وچ ارشاد فرمایا صلوات باوت بلند پڑھو اللہ حضرت لقمان اس دا تذکرہ نبیوں دی لسٹ چ جتھا نبیوں دا ذکر ختم تھے اتھائیں اس دا تذکرہ ہے نبی ہے یا غیر نبی اس بارے بحث نہیں حضرت لقمان شہرت بڑی ہے جو حکمت دے بادشاہ ہیں حضرت لقمان نے 70 حکمت کٹھی کی تھی پھر سوچو 70 تے کون عمل کرے سے کٹ کے تے 40 چنے ہونے سے پھر سوچے جو 40 تے بھی عمل کوئی نہ کرے سے کام کرتے 8 چنے ہونے سے 8 لکھ بیٹھا تے پوتر کو سجو بیٹا میرے قریبا اے ہن 8
ਇਹਨਾਂ ਦੇ ਉੱਤੇ ਤੈਂ ਅਮਲ ਕੀਤਾ, ਤੂੰ ਦੁਨੀਆ 'ਚ ਕਾਮਯਾਬ ਥੀ ਵੈਸੇ, ਆਖਰਤ 'ਚ ਕਾਮਯਾਬ ਥੀ ਵੈਸੇ। ਇਹਨਾਂ ਉੱਤੇ ਤੈਂ ਅਮਲ ਜ਼ਰੂਰ ਕਰੇ ਸੀ। ਹਾਂ, ਅੱਜ ਅੱਜ ਦੀ ਰਾਤ ਤੇ ਨਾ ਤੇ ਥੋੜ੍ਹਾ ਅਲੇਂਦੇ ਜ਼ਰੂਰ ਆ ਸੋ। ਪਹਿਲਾਂ ਬੇਟਾ ਖੁਦਾ ਕੋ ਨਾ ਭੁਲਾਵੀ, ਖੁਦਾ ਕੋ ਯਾਦ ਰੱਖੀ, ਅੱਲਾਹ ਕੋ ਨਾ ਭੁਲਾਵੀ। ਅੱਲਾਹ ਕੋ ਭੁਲੇ ਸੇ ਤੋ ਕਿਆਮਤ ਵਾਲੇ ਦਿਨ ਅੱਲਾਹ ਤੇ ਕੋ ਭੁਲਾ ਦੇ ਸੇ। ਅੱਲਾਹ ਕਿਆ ਭੁਲਾ ਦੇ ਸੇ? ਉਹ ਖੁਦਾ ਜਿਹੜਾ ਨਿਗਾਹ ਰਹਿਮਤ ਨਾ ਕਰੇ ਸੇ ਤੋ ਯਕੀਨਨ ਇਨਸਾਨ ਜਹੰਨਮ ਚਲਾਵੇ ਸੇ। ਖੁਦਾ ਕੋ ਯਾਦ ਰੱਖੀ, ਖੁਦਾ ਕੋ ਨਾ ਭੁਲਾਵੀ। ਇਸ ਵੇਲੇ ਜਿਹੜੇ ਨੇਂਦਰ ਬੈਠੇ ਕਰੇ ਦਿਨ ਇੱਕ ਇਹ ਜੀ ਸਲਵਾਤ ਪੜ੍ਹੋ ਜੋ ਉਹਨਾਂ ਦੀ ਅੱਖ ਖੁੱਲ੍ਹ ਗਈ। ਅੱਲਾਹ ਕੋ ਯਾਦ ਰੱਖੀ, ਬੰਦਾ ਮੁਹਤਾਜ ਹੈ, ਅੱਲਾਹ ਮੁਹਤਾਜ ਨਹੀਂ। ਬੰਦਾ ਮਜਬੂਰ ਹੈ, ਅੱਲਾਹ ਮਜਬੂਰ ਨਹੀਂ। ਉਹ ਨਾ ਮੁਹਤਾਜ ਸੀ ਕਿ ਨਾ ਮਜਬੂਰ ਸੀ ਕਿ ਉਹ ਅੱਲਾਹ ਨੇ ਇਸ ਬੰਦੇ ਨੂੰ ਇੱਕ ਆਫਰ ਦਿੱਤੀ ਹੈ ਜੋ ਦੂਸਰੇ ਸਿਪਾਰੇ 'ਚ ਮੌਜੂਦ ਹੈ। ਫਜ਼ਕੁਰੂਨੀ ਅਜ਼ਕੁਰਕੁਮ ਵਸ਼ਕੁਰੂਲੀ ਵਲਾ ਤਕਫੁਰੂਨ। ਬੰਦਾ ਤੂੰ ਮੇਰਾ ਜ਼ਿਕਰ ਕਰ, ਮੈਂ ਤੇਰਾ ਜ਼ਿਕਰ ਕਰੇ ਸਾਂ। ਤੂੰ ਮੇਰਾ ਜ਼ਾਕਿਰ ਬਣ, ਮੈਂ ਤੇਰਾ ਜ਼ਾਕਿਰ ਬਣ ਸਾਂ। ਤੂੰ ਮੇਰੇ ਨਾਂ ਕੋ ਬੁਲੰਦ ਕਰ, ਮੈਂ ਤੇਰੇ ਨਾਂ ਕੋ ਬੁਲੰਦ ਕਰੇ ਸਾਂ। ਤੂੰ ਮੇਰੇ ਕੋ ਯਾਦ ਰੱਖ, ਮੈਂ ਤੇਰੇ ਕੋ ਯਾਦ ਰੱਖੇ ਸਾਂ। ਇਹ ਚਾਰੇ ਤਰਜਮੇ ਮੁਸਲਮਾਨੇ ਨੇ ਇਸ ਆਇਤ ਦੀ ਤਫਸੀਰ 'ਚ ਕੀਤੇ। ਤੂੰ ਮੇਰਾ ਜ਼ਿਕਰ ਕਰ, ਮੈਂ ਤੇਰਾ ਜ਼ਿਕਰ ਕਰੇ ਸਾਂ। ਤੂੰ ਮੇਰੇ ਕੋ ਯਾਦ ਰੱਖ, ਮੈਂ ਤੇਰੇ ਕੋ ਯਾਦ ਰੱਖੇ ਸਾਂ। ਆਓ ਜ਼ਰਾ ਜ਼ਮਾਨੇ 'ਤੇ ਨਿਗਾਹ ਮਾਰੋ, ਜਿਨ੍ਹਾਂ ਨੇ ਅੱਲਾਹ ਕੋ ਯਾਦ ਕੀਤੇ, ਅੱਲਾਹ ਦਾ ਨਾਮ ਬੁਲੰਦ ਕੀਤੇ, ਅੱਲਾਹ ਨੇ ਉਹਨਾਂ ਦੇ ਨਾਮ ਕੋ ਕਿਤਨਾ ਬੁਲੰਦ ਰੱਖਿਆ। 77 ਹਕੂਮਤਾਂ ਬਨੂ ਉਮੱਈਆ ਦੀਆਂ, 12 ਹਕੂਮਤਾਂ ਬਨੂ ਅੱਬਾਸ ਦੀਆਂ, ਮੁਸਲਸਲ 49 ਹਕੂਮਤ ਮਿਟਾਉਣ ਦੀ ਕੋਸ਼ਿਸ਼ ਕਰਨ ਦੀ ਰਹਿ ਗਈ। ਆਲ ਮੁਹੰਮਦ ਦੇ ਮਕਤਬ ਕੋ ਜਲਾਇਆ ਗਿਆ, ਮਰਾਜੇ ਉਜ਼ਾਨ ਕੋ ਕੈਦ ਕੀਤਾ ਗਿਆ, ਫਤਵੇ 'ਤੇ ਪਾਬੰਦੀ ਲਾਤੀ ਗਈ, ਹੱਤਾ ਕੇ ਕਬੂਰ ਦੇ ਉੱਤੇ ਹਲ ਚਲਾਏ ਗਏ, ਫੌਜ ਇਸਤੇਮਾਲ ਕੀਤੀ ਗਈ, ਦੌਲਤ ਇਸਤੇਮਾਲ ਕੀਤੀ ਗਈ, ਜਿਹੜੇ ਮਿਟੇਂਦੇ ਰਹੀਏ ਨੇ ਮਿਟੇਂਦੇ ਮਿਟੇਂਦੇ ਖੁਦ ਮਿਟ ਗਏ, ਉਹਨਾਂ ਦਾ ਨਾਮ ਉਹ ਨਿਸ਼ਾਨ ਕਹਿਣੀ, ਜਿਹਨੇ ਕੋ ਮਿਟੇਂਦੇ ਰਹੀਏ ਨੇ ਉਹ ਕੱਲ ਹੀ ਜ਼ਿੰਦਾਬਾਦ ਹਨ, ਉਹ ਅੱਜ ਹੀ ਜ਼ਿੰਦਾਬਾਦ ਹਨ। ਵਜ੍ਹਾ, ਇਹਨਾਂ ਨੇ ਅੱਲਾਹ ਦੇ ਨਾਮ ਕੋ ਬੁਲੰਦ ਰੱਖੇ, ਅੱਲਾਹ ਨੇ ਇਹਨਾਂ ਕੋ ਬੁਲੰਦ ਰੱਖੇ। ਹੁਣੀ ਅਰਬਾਈਨ ਬਿਲਕੁਲ ਕਰੀਬ ਹੈ, ਇਸ ਚੀਜ਼ ਦਾ ਅੰਦਾਜ਼ਾ ਕਰਬਲਾ ਵੰਜ ਕੇ ਲਾ, ਕਰੋੜਾਂ ਦੀ ਤਾਦਾਦ 'ਚ ਬੰਦੇ ਮੌਜੂਦ ਹਨ ਅਤੇ ਕਹੀਂ ਕੋਈ ਕਮੀ ਨਹੀਂ ਮਿਲ। ਅੱਛਾ, ਹੁਣ ਤਾਂ ਕਰਬਲਾ ਸਿਰਫ ਮੁਸਲਮਾਨ ਨਹੀਂ ਹੁੰਦੇ, ਗੈਰ ਮੁਸਲਿਮ ਵੀ ਆਉਂਦੇ, ਈਸਾਈ ਵੀ ਆਉਂਦੇ, ਹਿੰਦੂ ਵੀ ਪਾਉਂਦੇ, ਹਰ ਕਿਸਮ ਦੇ ਬੰਦੇ ਆਉਂਦੇ। ਮੈਂ ਖੁਦ ਡਿੱਠੇ ਕਰਬਲਾ, ਹਰ ਕਿਸਮ ਦੇ ਬੰਦੇ ਕਰਬਲਾ ਆਉਂਦੇ। ਕਰਬਲਾ ਆ ਤੇ ਇਤਨਾ ਜ਼ਰੂਰ ਪਤਾ ਲੱਗਦੇ ਜੋ ਕਰਬਲਾ ਤੋਂ ਗੈਰਤ ਦਾ ਦਰਸ ਮਿਲਦੇ। ਹੱਜਾਜ ਬਿਨ ਯੂਸਫ ਦਾ ਦੌਰ ਹੋਵੇ, ਔਰ ਇਹ ਦੌਰ
इतना सख्त दौरा कि ये दीवार उसारनी हो गया तो सादात दे खून नाल गारा लोएंदा हेक बैत रख ते दीवारा उसार दे गया खून दिया नदियां चला दे गया हत्ता के जदा जिस वक्त तक कहीं अली दे शिया दे खून च अपने मुंह को नहीं देदा खाना नहीं खांदा जी ऐसा जालिम ऐसा जाबिर ऐसा दौरे हकूमत तिजे को आले मुहम्मद चुन गिने ओ ना जाबिर तो डर दें ते ना जालिम तो डर दें ओ हर दौरे च आवाज को बुलंद करें ने इस दी हकूमत च एक पर्दादार है बीबी है जिसका नाम है हुर्रा चौकों पर जिस वे बनिया ना तो रश देखिया आख्या जमाने आले अली हक दा इमाम औरतें को देखिया तो उन्हें को सदया आख्या अली हक दा इमाम गाल फैलती रह गई परेशान तो नहीं मैं बाबू एडू त्रै राती बर्दाश्त करो हूँ इो फजाइल तो ये गाली पहलियाँ हैं जो तुरी मर्जी दिया हूँ कुछ आपकी मर्जी दी गाल फैल गई हज्जाज आख्या मर्द डरदे औरत थी के चौके ते ऐलान वधी करें दिए अपने आर्मी चीफ को सजोस आज दी रात च ये मेरे कोल पेश कर और इनको कत्ल करा दे इंदी जुर्रत क्या है जो मेरी हकूमत च अली दा नाम घिने थोड़ा पिछू तो निगाह मारो ना मैं समझदा आज दे इस मोमिन करूँ अच्छा उस दौर दे मोमिन और आज दे मोमिन च जमीन आसमान दा फर्क है वो औलाद दे के आजादारी करें दे बाजू कटा के आजादारी करें दे एक आँख दे के आजादारी करें दे एक भिरा को कतल करा के आजादारी करें दे ओ होर शिया इनको गिरफ्तार कर मेरे पेश कर फौज टोर पे आर्मी चीफ है के आज दी रात दी मोहलत सुबह वेले तेरे कोल पेश करे फौज टोर पई जिस वेले फौज इन्हें घर दाखिल थे ये उस वेले नमाज तहज्जुद बैठी पढ़ती है हाँ अली दी कनीज हे उहा जड़ी नमाज तर्क नहीं करेंगे हाँ हाँ अली दी कनीज और हुसैन दा नौकर हे उहो जड़ा नमाज तर्क नहीं करेंदा नमाज ना पढ़न वाले दा हुसैन नाल कोई ताल्लुक नहीं हाँ कोई ताल्लुक नहीं और अली दी कनीज आई नमाज तहज्जुद जारी है तो वो भी लिबास ओ पहनी आई जड़ा अली पसंद करें दे बतूल पसंद करें दे मर्दन तो अपने लिबास से निगाह रख मसूरातन तो अपने लिबास से निगाह रख तेरा और मेरा लिबास लिबास क्या आले मोहम्मद को पसंद है या ना डर तो नहीं जीने बाबा हाँ ये मेरी जिम्मेदारी है बाबा ये गिरफ्तार करन लगे उस क्या गिरफ्तार क्यों करें दे इन्हें आख्या मत तू भज वे बहाना च करें उस लानत करवे मैं कोई भजन आली नाम अली दी कनीज
ਇਹ ਤਾਂ ਮੇਰੇ ਕੋਲ ਅੱਛਾ ਜਿਹਾ ਮੌਕਾ ਪਿਆ ਮਿਲਦੇ ਅੱਗੇ ਬਾਜ਼ਾਰ ਵਿੱਚ ਲੋਕਾਂ 'ਚ ਖੜ ਕੇ ਆ ਜਾਂ ਹੁਣ ਹਾਕਮ ਦੇ ਸਾਹਮਣੇ ਖੜ ਕੇ ਆ ਸਾ ਮੇਰੇ ਹੱਥ ਨਹੀਂ ਵਧੋ, ਗ੍ਰਿਫਤਾਰ ਨਹੀਂ ਕਰੋ, ਮੈਂ ਜਲਦੀ ਹਾਂ। ਗਿਨ ਇਹ ਐਲਾਨ ਤਾਂ ਹੀ ਕੀਤੇ ਜੋ ਅਲੀ ਹੱਕ ਦਾ ਇਮਾਮ ਹੈ ਔਰ ਅਲੀ ਅਸਹਾਬ ਤੋਂ ਅਫਜ਼ਲ ਹੈ। ਬੀਬੀ ਅਜੇ ਇਹ ਗੱਲ ਜੈ ਕੀਤੀ ਤੇ ਕੋ ਇਹ ਗਲਤ ਕੀਤੀ। ਉਹ ਆਖੇ ਕਿਆ ਹੁਰਾ ਨਾਮੀ ਖਾਤੂਨ ਤੂੰ ਨਹੀਂ? ਇਹ ਦੇਖ ਕੇ ਆਖਣ ਲੱਗੀ ਮੇਰੇ ਮੌਲਾ ਦਾ ਨਾਮ ਕਾਇਨਾਤ ਚ ਮਿਟਾਉਣ ਵਾਲਾ ਬੁਰਾ ਤੂੰ ਹੈ, ਮੇਰੇ ਦਰਬਾਰ ਚ ਖੜ ਕੇ ਉੱਚਾ ਵੀ ਬੁਲੈਂਦੀ, ਮੈਂ ਕਤਲ ਕਰਾ ਦੇ ਸਾਂ। ਇਸ ਬੀਬੀ ਆਖਿਆ ਬਦਬਖਤ ਇਹ ਜ਼ੁਬਾਨਾਂ ਕੱਟਿਆਂ ਤਾਂ ਵਲਾਈ ਨਾ ਰੁਕਿਆ, ਇਹ ਸੂਲੀ ਤੇ ਚੜ੍ਹੇ ਵਲਾ ਨਾ ਰੁਕੇ, ਇਹ ਕੈਦ ਖਾਨੇ ਚ ਗਏ ਵਲਾ ਨਾ ਰੁਕੇ, ਮੇਰੇ ਕੋ ਜਿਤਨਾ ਦਫਾ ਮਰਜ਼ੀ ਆਵੇ ਕਤਲ ਕਰਾ, ਸੱਚੀ ਅਲੀ ਦੀ ਕਨੀਜ਼ਾਂ ਤੇ ਅਗਰ ਟੁਕੜੇ ਟੁਕੜੇ ਵਿੱਚੋਂ ਅਲੀ ਅਲੀ ਦੀ ਆਵਾਜ਼ ਨਾ ਆਵੇ ਤਾਂ ਮੁਹੱਬਤ ਕੀਤੀ ਕਿਉਂ ਹੈ? ਸਾਖਿਆ ਤਰਸ ਬਿਆਨ ਦੇ ਤੇਰਾ ਵਾਰਿਸ ਕੋਈ ਕਹਿ ਨਹੀਂ। ਬੀਬੀ ਅਜੇ ਕਮਲਾ ਨਥੀ ਪਾਗਲ ਨਥੀ ਮੇਰੇ ਕੋਈ ਆਮ ਵਾਰਿਸ, ਹਾਂ ਹਾਂ ਜਿਹਨੇ ਕੋ ਮੈਂ ਮਨੇ ਦੀਆ ਮੇਰੇ ਵਾਰਿਸ ਉਹੇ। ਤੈਂ ਨਹੀਂ ਆਖਿਆ ਅਲੀ ਅਸਹਾਬ ਤੋਂ ਅਫਜ਼ਲ ਹੈ? ਬੀਬੀ ਅਜੇ ਮੈਂ ਇਹ ਨਹੀਂ ਆਖਿਆ ਅਲੀ ਅਸਹਾਬ ਤੋਂ ਅਫਜ਼ਲ ਹੈ, ਕਹੀਂ ਤੇ ਕੋ ਗਲਤ ਗੱਲ ਕੀਤੀ ਹੈ, ਮੈਂ ਇਹ ਜ਼ਰੂਰ ਆਖੇ ਜੋ ਅਲੀ ਅੰਬਿਆ ਤੋਂ ਅਫਜ਼ਲ ਹੈ। ਅਗਰ ਤੇਰੇ ਕੋਲ ਕੋਈ ਦਲੀਲ ਹੈ, ਤੇਰੇ ਕੋਲ ਦਲੀਲ ਹੈ ਬੀਬੀ ਅਜੇ? ਬਿਲਕੁਲ ਦਲੀਲ ਹੈ। ਆਦਮ ਦੇ ਦੋ ਪੁੱਤਰ ਨੇ ਇੱਕ ਕਾਤਿਲ ਦੀ ਆ ਮਕਤੂਲ, ਮੇਰੇ ਮੌਲਾ ਦੇ ਦੋ ਬੇਟੇ ਨੇ ਜਿਹੜੇ ਜਵਾਨਾਂ ਨੇ ਜੰਨਤ ਦੇ ਸਰਦਾਰ ਨੇ। ਇੱਕ ਬੰਦੇ ਖਤ ਲਿਖਿਆ ਉਸਤਾਦ ਉਲਮਾ ਕਿਬਲਾ ਯਾਰ ਸ਼ਾਹ ਸਾਹਿਬ ਕੋ, ਅੱਲਾ ਉਹਨਾਂ ਦੇ ਦਰਜਾਤ ਬੁਲੰਦ ਫਰਮਾਏ। ਸਰਗੋਧਾ ਤੋਂ ਬੰਦੇ ਖਤ ਲਿਖਿਆ, ਉਸ ਆਖਿਆ ਅਲਾਮਾ ਸਾਹਿਬ ਮੈਂ ਕਿਤਾਬ ਦੇ ਹਵਾਲੇ ਨਹੀਂ ਗਿਣਦਾ ਤੁਹਾਡੇ ਕੋਲੋਂ, ਅਤੇ ਡੂ ਲੈਨ 'ਚ ਮੇਰੇ ਕੋਲ ਇਹ ਦੱਸਾ ਦਿਓ ਜੋ ਅਲੀ ਦੀ ਮੁਹੱਬਤ 'ਚ, ਇਹ ਜਿਹੜੀ ਦਿਲ 'ਚ ਅਲੀ ਦੀ ਮੁਹੱਬਤ ਹੈ, ਇਹਦਾ ਅਸਰ ਕਿਤਨਾ ਹੈ ਅਤੇ ਇਹ ਸਾਬਿਤ ਕਿਵੇਂ ਥੀ ਸੇ ਜੋ ਅਲੀ ਦੀ ਮੁਹੱਬਤ ਦਿਲ 'ਚ ਹੈ? ਕਿਉਂ ਨਾ ਸੇ ਫਰਮਾਇਆ ਇਤਨਾ ਜ਼ਰੂਰ ਸਮਝ, ਜਿਹੜਾ ਇਬਰਾਹੀਮ ਭਾਜ ਪਿਆ ਵੇਂਦਾ ਹਾਂ, ਅੱਲਾ ਆਖੇ ਜੋ ਠੱਡੀ ਥੀ ਵਨ, ਇੱਕ ਗੁਲਾਮ ਮੇਰੇ ਮੌਲਾ ਦੇ ਕੋਲ ਆਏ, ਮੌਲਾ ਫਰਮਾਇਆ ਤਨੂਰ 'ਚ ਦਰਗ ਮਾਰ ਦੇ, ਬਸ ਉਹ ਤਨੂਰ 'ਚ ਚੱਲਾ ਗਿਆ, ਦਿਲ 'ਚ ਜੋ ਮੁਹੱਬਤ ਹੈ ਅਲੀ ਹਸ ਤਨੂਰ ਖੁਦ ਬੁਝ ਗਏ। ਪੈਗੰਬਰ ਖੁਦਾ ਸਫ਼ਰ ਕਰਨ ਦੇ ਪਏ ਹਨ, ਨਾਕਾ ਤੇ ਸਵਾਰ ਹਨ, ਰਾਵੀ ਆ ਗਏ ਮੈਂ ਡਿੱਠੇ ਰਸੂਲ ਉੱਠ ਤੋਂ ਲੱਥੇ ਅਤੇ ਸਜਦਾ ਕੀਤੇ ਨੇ, ਹੇਕ ਨਹੀਂ ਹੇਕ ਤੋਂ ਬਾਅਦ ਵੀ ਆ ਬਹਿ ਤੋਂ ਬਾਅਦ ਵੀ ਆ, ਪੈਗੰਬਰ ਨੇ ਪੰਜ ਸਜਦੇ ਕੀਤੇ। ਰਾਵੀਆ ਨੇ ਮੈਂ ਰਸੂਲ ਖੁਦਾ ਤੋਂ ਪੁੱਛੇ ਯਾ ਰਸੂਲ ਅੱਲਾ ਅਸਾਕੂ ਜਿਹੜੀ ਨਮਾਜ਼ ਦੱਸੀ ਹੈ ਉਹਦੇ 'ਚ ਤਕਬੀਰਤੁਲ ਇਹਰਾਮ ਵੀ ਹੈ, ਕਯਾਮ ਵੀ ਹੈ, ਰਕੂ ਵੀ ਹੈ, ਤੁਸਾਂ ਨਾਕਾ ਤੋਂ ਲੱਥੋ, ਹਿਕ ਰਾਵੀਆ ਦੇ ਨਾਕਾ ਤੋਂ ਲਾਹਦੇ ਹਨ, ਸਜਦਾ ਕਰਤੇ ਨਾਕਾ 'ਤੇ ਸਵਾਰ ਥੀਆਂ ਅਤੇ ਭਲਾ ਲਾਹਦੇ ਹਨ, ਦੂਸਰਾ ਦੇ ਨਾ ਲੱਥੇ ਜੋ ਹਨ ਸਜਦੇ ਤੋਂ ਸਰ ਚੈਨੇ ਹਨ ਅਤੇ ਭਲਾ ਸਜਦੇ ਸਰ 'ਚ ਰੱਖੇ ਤਾਂ ਜੋ ਸਾਰੇ ਸਵਾਲ ਦੀ ਹੈ ਨਾ ਬਾਬਾ। ਹਾਂ
ਹਾਂ ਇਬਾਦਤ ਦੀਆਂ ਰਾਤੀਆਂ ਨੇ ਬਾਬਾ ਦੇ ਬੁਲੰਦ ਸਲਵਾਤ ਪੜ੍ਹੋ ਅੱਲਾਹ کیڑے سجدے ہیں نبی فرمایا ان جبریل آتانی جبریل میرے کول آئے اون میرے کو خبر دیتی ہے اون نعمت دے بدلے میں مصطفیٰ نے سجدہ شکر ادا کیتا سائل لے کے آکھن لگا دسا سکدے ہو اے پانچ تو کو کیڑیاں نعمتاں ملیں جو تسا سجدہ شکر ادا کیتا پانچ کیڑیاں نعمتاں ملیں جو تسا سجدہ شکر ادا کیتے نبی فرمایا میرے کو جبرائیل نے خبر دیتی ہے ان اللہ یحب علی اللہ پی آدی میں اللہ تیرے علی نال محبت کرے نا پیغمبر فرمایا جڑا جبریل نے گل کیتی ہے فسجد تو میں سجدہ کیتے سجدہ کرتے فرفع تو راسی جدا میں سار کو بلند کیتے تے ڈٹھے اجا جبریل کھڑا میں کہ جبریل گیا کہن وی جبریل آکھیا جے میری گال مکی کہنی ہے کیا اگلی گال ہے جبریل گوتے کہ اللہ پیا دے ان اللہ یحب فاطمہ میں اللہ جی میں علی نال محبت کریں دا اوے میں اللہ فاطمہ نال محبت کریں دا پیغمبر فرمایا میں اللہ دا شکر ادا کیتے جو اللہ نے علی کو ہی چن گی دے اور اللہ نے میری دھی کو بھی چن گی دے فسجد تو میں سجدہ کیتے فرفع تو راسی سر کو بلند کیتے ڈٹھے تا اجا جبریل کھڑا جبریل گیا نا جبریل کے حال تک گال مکی کہنی اجا اگو تے ہے اگے کیا گال ہے جبریل کے اللہ پہ آ دیا ان اللہ یحب الحسن والحسین میں اللہ حسن علی محبت کرے نا حسین علی محبت کرے بابا دے بلند صلوات اللہ علیہ پیغمبر فرمایا میں سجدے سر رکھے خالق دا شکریہ ادا کیتے جو اللہ نے علی کو بھی چنے سیدہ کو بھی چن کے دے علی نال محبت کریں دے سیدہ نال بھی محبت کریں دے تے میرے حسن تے حسین نال محبت کریں دے کتنا سجدے ٹھیک ہے ترائے ٹھیک ہے علی نال محبت کریں نا ایک سجدہ زہرا نال محبت کریں نا دو سجدے حسن تے حسین نال محبت کریں نا ترائے سجدے سارے چاہتے نے اجا جبریل کھڑا جبریل گیا کہن بھی ناسی اجا گال مکی کہنی اللہ پی آدی ان اللہ من احباہم جڑا تیری آل محمد نال محبت رکھیں دے میں اللہ ہونے نال ہی محبت رکھیں دے اللہ یحب من احباہ اللہ دے میں محبت کرے گا انہیں نال جڑے پنج تن نال محبت کریں گے پیغمبر فرمایا میں سجدے سر رکھے میں سجدے تو سر چاہتے تے ڈٹھے اجا جبریل کھڑا
ظاہر ہے جام پورا لاکھ سے ہم سے مول بھی ڈھیر ساری دیر تو جبریل کو کھڑا ہی کھڑے، میں نے بابا کھڑا ہی کھڑا، اللہ کھڑا ہی کھڑا، ہاں اللہ تک سلام رکھے سلوات بابا جو بلند چپڑ بس جبریل اتنا جبریل آخر نہ اللہ پیادے علی نال محبت کرے نا، سیدان نال محبت کرے نا، حسن تے حسین نال محبت کرے نا، جڑے انہیں نال محبت کرے نا، انہیں نال محبت کرے نا، تے اللہ پیادی جڑے مومن ہیں ہنائے نال جو محبت کریں دے، میں اللہ انہیں نال ہی محبت کرے گا، ان اللہ یحب محبین، کہ جڑا انہیں نال مومن نال محبت کریں دے، میں اللہ انہیں نال بھی محبت کرنا، ان اللہ یحب من احب محبین، جڑا انہیں نال محبت کریں دے، میں اللہ انہیں نال بھی محبت کرے نا، مومن نال محبت کرنے والے نال بھی اللہ محبت کرے نا، تھاک تو نہیں ہے بابا حاجی صاحب حج تے پیا ونجے، حج واجب کیتی ودا، مستحب حج تے پیا ونجے، ہونی حاجی صاحبان وین میں آتا حج ہوں دا قبول ہے، جڑا بندہ حج تے ونجے دیکھے اگر ہمسایا بکھا نہیں تو بلا ونجے، ہمسایا دا ٹکر کہنی جوان چوتھا حج بیا کریں دے، ہاں ہاں بھرا دی دھی دا برقع کہنی تے اے چوتھے حج تے تیار ہے، بھرا دے بال بکھ پہ مردے نے اے بے حج تے پیا ویندے، تو اللہ ایسے حج کو بھی قبول نہیں کریں گا، حج ایک دفعہ واجب ہے دوسرے دفعہ مستحب ہے، جتنا دفعہ کریں، لیکن یہ دیکھ کی تھائیں میں کو کس انداز نال تے کو عرض کراں، بڑا عجیب جیاں ماحول ہے، عجیب جیاں سسٹم آ گئے، لوگ ہن تا حج دی پوزیشن یہ بن گئی ہے ثواب دی خاطر بہو کم، دکھاوے دی خاطر زیادہ، یعنی روح حج کہہ دی، حج کرن تو ویندن روح حج ختم ہو گئی، بڑا تو وینا پیا ناقد سوار 70 درہم جیب وچ جنگل تو گزرتا پیا، ڈٹھس ایک پردہ دار ہے جیڑی مردہ مرغی کو بچیندی ہے تے چاہ تے برکے چ لکیندی پئی ہے، اس دی نگاہ پہ گئی اے اور تو لتھا، السلام علیک یا امت اللہ، او کنیز خدا میرا سلام ہو، اگو جواب ملیا علیک السلام میرا بھی سلام، کہتے کو نہیں پتا اے مردار حرام ہے، میں دیکھ گھی دے تیں مردہ مرغی چاہتی کیوں ہیں، کیا اما قرات القرآن، کیا تو قرآن پڑھنا جان دی ہیں، اج نام بحمد اللہ میں قرآن پڑھنا جان دی ہوں، اچھا انت مسلمہ یعنی مسلمان ہیں، ہاں میں مسلمان ہاں قرآن پڑھنا بھی جان دی ہوں، اچھا تے کوئی پتہ کہ نہیں قرآن اچ واضح اعلان ہے کہ مردار حرام ہے، جب تے کو پتہ ہے مردار حرام ہے تتائیں اے مردہ مرغی چاہی کیوں ہیں، وجہ دسا سکتی ہیں بی بی آجی، اے معاملہ میرا اور میرے اللہ دے درمیان، میں کوشش بڑی کیتی ہے کہ کوئی ہی کو دیکھے نا، اگر تن دیکھ بھی گھی دے اور پوچھ بھی گھی دی تو جو سر سے بان دے، دیکھ بھی گھی دی اور پوچھ بھی گھی دی دوا تو سن، انا ذریت رسول اللہ، میں نسل رسول جوان سیدہ دیا،
ਲੀ ਸਲਾਸੋ ਬਣਾ ਦੇ ਮੇਰੀਆਂ ਤ੍ਰੈ ਧੀਆਂ ਮਾਤਾ ਅਬੂ ਹੁਨਾ ਮੈਨ ਕਰੀ ਥੋੜ੍ਹੇ ਜਿਹਾ ਨੀ ਥੀ ਗਏ ਉਹਨਾਂ ਦਾ ਅੱਬਾ ਵਫਾਤ ਪਾ ਕੇ ਉਹਦੇ ਟੁਰਨ ਦੇ ਬਾਅਦ ਸਾਡੇ ਘਰ 'ਚ ਫਾਕੇ ਮੇਰੀਆਂ ਤ੍ਰੈ ਧੀਆਂ ਉਹ ਫਾਕੇ ਨਾਲ ਖਾਵਣ ਵਾਸਤੇ ਹਾਈ ਕੋਈ ਚੀਜ਼ ਕਹਿਣਾ ਮੈਂ ਘਰ ਛੋੜ ਕੇ ਜੰਗਲ ਵਾਲੇ ਪਾਸੇ ਆਈ ਹਾਂ ਇਹ ਮੁਰਦਾਰ ਮਿਲ ਗਈ ਯਾਨੀ ਮੁਰਦਾ ਮੁਰਗੀ ਮਿਲ ਗਈ ਹੈ ਮੈਂ ਹੀ ਕੁਛ ਚਾਹੀਦੀ ਹਾਂ ਅੱਲਾ ਕੁਰਾਨ ਚਾਹਦੇ ਜਿਹੜਾ ਤੁਹਾਡੀ ਜਾਨ ਕੋ ਖਤਰਾ ਹੋਵੇ ਤਾਂ ਵੱਧ ਮੁਰਦਾਰ ਵੀ ਤੁਹਾਡੇ ਵਾਸਤੇ ਹਲਾਲ ਹੈ ਕੁਰਾਨ ਦੀ ਇਸ ਆਇਤ ਤੋਂ ਫਾਇਦਾ ਚਾਹੀਦੀ ਹੋਏ ਮੈਂ ਉਹਨਾਂ ਵਾਸਤੇ ਖੇਦੀ ਵੇਂਦੀ ਹਾਂ ਖੁਦਕਸ਼ੀ ਦੀ ਮੌਤ ਹਰਾਮ ਹੈ ਤਾਂ ਕਿ ਉਹਨਾਂ ਦੀ ਗਿਜ਼ਾ ਹੋਵੇ ਸੇ ਉਹ ਸਕੂਨ ਕਰ ਗਿਨ ਸੇ ਮੇਰੀ ਇਹ ਮਜਬੂਰੀ ਹੈ ਬੜਾ ਰੋਨਾ ਕਿ ਮੈਂ ਹਜ ਤੇ ਪਿਆ ਵੇਨਾ ਤੇ ਇਹ ਸਹੀ ਆਜ਼ਾਦੀ ਹੈ ਤੇ ਇਹਦੇ ਘਰ ਦਾ ਟੁਕਰ ਕਹਿ ਤੂੰ ਵੀ ਆਪਣੇ ਆਸ ਪਾਸ ਨਿਗਾਹ ਜ਼ਰੂਰ ਮਾਰੀ ਕਰ ਅਗਰ ਤੁਸਾਂ ਅਸਾਂ ਸਾਰੇ ਆਪਣੇ ਵਾਜਬਾਤ ਸਾਦਾਤ ਕੋ ਦੇਵਣ ਸ਼ੁਰੂ ਕਰ ਦਿਓ ਤਾਂ ਮੇਰੇ ਖਿਆਲ ਜ਼ਮਾਨੇ 'ਚ ਸੈਦ ਕੋਈ ਗਰੀਬ ਨਾ ਹੋ ਸਕੇ ਉਸਦੀ ਸਭ ਤੋਂ ਵੱਡੀ ਮੇਨ ਵਜ੍ਹਾ ਕਿਆ ਹੈ ਕਿ ਅਸਾਂ ਆਪਣੇ ਵਾਜਬਾਤ ਸਾਦਾਤ ਕੋ ਦੇਂਦੇ ਹੀ ਨਹੀਂ ਜਿਸ ਦੀ ਵਜ੍ਹਾ ਤੋਂ ਉਹਨਾਂ ਦੇ ਘਰਾਂ 'ਚ ਢੇਰ ਸਾਰੇ ਮਸਾਇਲ ਅੱਲਾ ਤੋਂ ਸਲਾਮਤ ਰੱਖੇ 70 ਦਿਰਹਮ ਜੇਬ ਵਿੱਚੋਂ ਕੱਢ ਕੇ ਬੀਬੀ ਦੇ ਹਵਾਲੇ ਕੀਤਾ ਅਤੇ ਨਾਲੇ ਆਦੇ ਬੀਬੀ ਮੇਰੇ ਹੱਕ ਕੇ ਦੁਆ ਕਰੀ ਵਾਪਸ ਵੱਲ ਆਇਆ ਬੀਬੀ ਪੁੱਛਿਓ ਹਾਜ ਤੇ ਵੀ ਨਾ ਪਿਆ ਮੈਂ ਕਿਆ ਇਮਾਨ ਤਬਦੀਲ ਸੀ ਗਿਆ ਤੇਰਾ ਕੋਈ ਖਲਲ ਵਾਕੇ ਸੀ ਗਏ ਕਿਆ ਕੋਈ ਪਰੇਸ਼ਾਨੀ ਹੈ ਕੋਈ ਖੌਫ ਹੀ ਡਰ ਰਹੀ ਆਦੇ ਨਹੀਂ ਮੈਂ ਹਾਜ ਕਰਨ ਵੇਂਦਾ ਪਿਆ ਹਜ ਛੋੜ ਤੇ ਮੈਂ ਰੂਹੇ ਹਜ ਕਰ ਰਹੀ ਹਾਂ ਅੱਛਾ ਘਰ ਰਿਹਾ ਇਹਦੇ ਨਾਲ ਜਿਹੜੇ ਸਾਥੀ ਵੇਂਦੇ ਪਏ ਹਨ ਅਤੇ ਉਹ ਹਜ ਕਰਕੇ ਵਾਪਸ ਵੱਲ ਆਏ ਜੋ ਸਹੀ ਤਾਂ ਸਿੱਧਾ ਹਾਜੀ ਸਾਹਿਬ ਦੇ ਘਰ ਗਏ ਭਾਈ ਜਾਨ ਸਲਾਮ ਅਲੈਕਾ ਸਲਾਮ ਬੇਜਨ ਗਾ ਲੈ ਕੇ ਆਏ ਸੇ ਪਿਛਲੇ ਦਫ਼ਾ ਸਾਡੇ ਨਾਲ ਹਜ ਤੇ ਹਾਂ ਤਵਾਫ ਵਿੱਚ ਵੀ ਇਕੱਠੇ ਆ ਸੇ ਅਰਫਾਤ ਮੀਨਾ ਰਮੀ ਜਮਰਾ ਜਿੱਦਾਂ ਹਰ ਜਗ੍ਹਾ ਤੇ ਇਕੱਠੇ ਆਦੇ ਪਿਛਲੇ ਸਾਲ ਜਿੱਦਾਂ ਫਾਰਗ ਥੀਂਦੇ ਆ ਸੇ ਹਿੱਕ ਬਾਏ ਨਾਲ ਗੱਲ ਹੀ ਕਰਦੇ ਆ ਸੇ ਹਾਲ ਹਵਾਲ ਵੰਡੇਂਦੇ ਆ ਸੇ ਅਸਾਦਿਕ ਨੂੰ ਕਿਆ ਗਲਤੀ ਥਈ ਹੈ ਈ ਦਫ਼ਾ ਤੂੰ ਹਜ ਤੇ ਤਾਂ ਹਾਂ ਤਵਾਬ ਦੇ ਦੌਰਾਨ ਵੀ ਹਾਂ ਸਫਾ ਮਰਵਾ ਤੇ ਵੀ ਹਾਂ ਅਰਫਾਤ ਚ ਵੀ ਹਾਂ ਮੁਜ਼ਦਲਫਾ ਚ ਵੀ ਹਾਂ ਹਰ ਜਾ ਤੇ ਹਾਂ ਤੇ ਚੁੱਪ ਕਿਉਂ ਹਾਂ ਸਾਰੇ ਨਾਲ ਅਲੈਦਾ ਕਿਉਂ ਨਾ ਕੋਈ ਗਲਤੀ ਹੈ ਤਾਂ ਮਾਫ਼ੀ ਮੰਗਣਾ ਇਸੇ ਅਸਾਂ ਕੋ ਮਾਫ਼ ਕਰ ਹਰ ਜਾ ਤੇ ਮੌਜੂਦ ਹਾਂ ਲੇਕਿਨ ਸਾਡੇ ਨਾਲ ਗਾਲ ਕੁਝ ਵੀ ਕੀਤੀ ਇਹ ਦੇਖ ਕੇ ਆਖਣ ਲੱਗਾ ਉਹ ਮੇਰੇ ਭਾਈ ਮੈਂ ਇਸ ਦਫ਼ਾ ਹਜ ਤੇ ਨਹੀਂ ਗਿਆ ਉਹਨਾਂ ਆਖੇ ਅਸਾਂ ਹਜ ਕਰਕੇ ਹੁਣ ਪਿਆ ਦੂੰ ਅੱਲਾ ਦੀ ਕਸਮ ਚਾਹ ਪਿਆ ਦੂੰ ਅਸਾਂ ਇੱਕ ਨੂੰ ਨਹੀਂ ਇਹ ਸਾਰਾ ਗਰੁੱਪ ਆ ਦੇ ਜੋ ਤੂੰ ਸਾਡੇ ਨਾਲ ਹਜ ਤੇ ਹਾਂ ਹੁਣ ਜਿਹੜਾ ਅਸੀਂ ਕੁਛ ਸੱਜੇ ਨੇ ਨਾ ਹਾਜੀ ਹਾਜੀ ਤੋ ਇਹ ਰੁਨਾ ਵਿਚਾਰਾ ਤੇ ਸੁੱਤਾ ਤੇ ਖਾਬ ਵਿੱਚ ਨਬੀ ਮਿਲਣ ਆਏ ਨਬੀ ਸੀ ਦੀ ਜ਼ਿਆਰਤ ਥਈ ਅਦੇ ਯਾ ਰਸੂਲਲਾ ਰੋਂਦਾ ਇਸ ਗੱਲ ਵਦਾ ਹਜ ਤੇ ਗਿਆ ਕੈਨਮੀ ਇਹ ਸਾਰੇ ਆਦਨ ਜੋ ਤੂੰ ਹਜ ਤੇ ਹਾਵੇਂ ਇਹ ਮੁਫਤ ਦੀ ਮੇਰੀ ਜਿਹੜੀ ਸ਼ੋਹਰਤ ਪੇ ਥੀਂਦੀ ਹੈ ਮੈਂ ਹੀ ਗੱਲ ਤੋਂ ਬੜਾ ਪਰੇਸ਼ਾਨ ਹਾਂ ਨਬੀ ਫਰਮਾਇਆ ਤਾਂ ਹੀ ਕੀਤੀ ਹੈ ਮੇਰੀ ਔਲਾਦ ਦੀ ਕਦਰ ਤਾਂ ਹੀ ਕੀਤੀ ਹੈ ਮੇਰੀ ਔਲਾਦ ਦੀ ਕਦਰ ਅੱਲਾਹ ਨੇ ਤੇਰੀ ਸ਼ਕਲ ਵਿੱਚ ਇੱਕ ਫਰਿਸ਼ਤਾ ਮੁਕਰਰ ਕੀਤੇ ਕਿਆਮਤ ਤੱਕ ਹਜ ਹੋ ਕਰੇ ਸੇ ਸਵਾਰ ਤੇਰੇ ਨਾਮਾ ਅਮਾਲ ਤੋਂ
اج ہے عرضی رات چندے دی اپیل ہے مظلوم کربلا حسین معاونین تعمیر کرن والے یا جتنا ہی بانیان اس دنیا تو رخصت فرما گئے اللہ تبارک و تعالی اس دا اجر اور ثواب انہاں دے نامہ اعمال درج فرما گئے میں بابا دے بلند صلوات بھی پڑھو تے چندہ بھی جمع کرا جو میرے خیال تقریر بن ٹھیک ہے اللہ تبارک و تعالی اس برادر دی اس منت کو قبول فرماوے یقیناً انہیں منی انہوں نے منت پوری ہو گئی ہے اس برادر نے کڑی بھی اور 1000 روپیہ بھی دیتے جنہ جنہ دیا منتا ہیں آج دی رات دے صدقے اللہ تبارک و تعالیٰ انہیں دیا پوریاں فرماوے ہاں بالخصوص جو بے اولاد ہیں کافی سارے بے اولاداں دی دعا میرے ذمے اللہ انہیں کو اولاد نرین عطا فرماوے جنہ جنہ دیا اولاد کو تکلیف ہے بمائے میرے بیٹے دانی الماہ جی سمیت اللہ تمام کو صحت کاملہ جلا اہل بیت صدقہ وسطے رہو آباد رہو بہت سونا پوترا حسین دا اکبر جتنا سونا ہا اتنا ہی امت نے اوکھا لہے دستور زمانے دا اج اولاد کو کنڈے ہی لگ پوے نا ماں پیو تو برداشت نہیں ہوندا نبی دے تور وجن دے بعد حسین مولا نانے دے روزے تے آپ آندے ہاں تے دعا منگنا اللہ میرے کو نانے دی شکل آلا پوتر دے اللہ بیٹا عطا کیتا ایڈا بیٹا عطا کیتا 60 پیو تے پوتر دی محبت اکٹھی کر یعقوب تے یوسف دی محبت بڑھ دی حافظ صاحب کی بلا پڑھ دیں 60 یعقوب تے یوسف دی محبت اکٹھی کرو تو حسین تے اکبر دی محبت بڑھ دی رات دا اٹھی اٹھی تے کئی کئی واری اکبر دی لہندی مس چونے ہاں دیاں دے پردے ہونے دعا مگی کر شلا کہیں دے جوان نہ مر رہے پائے گئی یہ نگاہ لیلا دی کونے ادھ رات ویلے میرے پوتر دی سران دی لیلا اس کو چپ چکر تے کو نہیں پتا میں حسین مولا سارا دی اکبر تا تورے نال ہوندے شبیر فرمایا رات دا اٹھی تے جے تے میں پوتر دی مس نہ چوما میں کو آرام نہیں ہوندا ہاں ہاں 8 دی راتیں باقی دو راتی رہ گئے نہیں دو یا 3 راتی ہاں 3 راتی دا مہمان مظلوم کربلا میں رات یاد کیتا ہاں رات تو پانی انہاں دا بند ہے جڑے دریاواں دے مالک ہاں 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 جڑے کائنات کو پانی پی لیندے ہیں اچھا جڑا یعقوب یوسف کو روانہ کرن لگا نا مشکیزہ پانی دا جعفر صاحب آپ یعقوب نبی بھریا پوتر کو گھوڑے تے سوار کیتا مشکیزہ پانی دا لیتا کھانا لیتا
ਸੱਤ ਦਫ਼ਾ ਤਕਰੀਬਨ ਯੂਸਫ ਕੋ ਸੱਜੂਸ ਅਤੇ ਹਾਂ ਨਾਲ ਲਾ ਤੁਸ, ਹਾਲਾਂਕਿ ਤੁਰੇ ਦਾ ਭਿਰਾਵੇਂ ਨਾਲ ਪਿਆ, ਕੋਈ ਮੈਦਾਨ 'ਚ ਨਾ ਹੀ ਪਿਆ ਵੇਂਦਾ, ਅਤੇ ਪੁੱਤਰਾਂ ਕੋ ਇਹੋ ਕੁਝ ਆਖਿਸ, ਤੁਹਾਨੂੰ ਤਾਂ ਪਤਾ ਹੈ ਨਾ ਯੂਸਫ ਤੋਂ ਬਗੈਰ ਮੈਂ ਰਹਿ ਨਾ ਸਕਦਾ, ਹਾਂ ਹਾਂ ਜਿਤਨਾ ਵਸ ਲਗਵੇ ਨਾ ਜਲਦੀ ਮੇਰੇ ਪੁੱਤਰ ਹੋ ਗਏ ਨਾ ਵਾਹੇ। ਵਸਦਾ ਪਿਆ ਹੁਸੈਨ ਅਕਬਰ ਬਾਬੇ ਦੇ ਕੋਲ ਹੈ, ਬਾਬਾ ਅੱਜ ਦਿਲ ਕਰੇਂਦੇ ਅੰਗੂਰ ਚਾਹੀਦੇ ਹਨ। ਹੁਸੈਨ ਮੌਲਾ ਨੇ ਹੱਥ ਵਧਾਏ, ਹੱਥਾਂ 'ਤੇ ਅੰਗੂਰ ਹਨ, ਨਹੀਂ ਪਤਾ ਹੱਥ ਜੰਨਤ 'ਚ ਗਏ ਜਾਂ ਜੰਨਤ ਹੱਥਾਂ 'ਤੇ ਆਈ। ਅਕਬਰ ਕੋ ਦਿੱਤਾ ਇਸ, ਅਕਬਰ ਤਾਂ ਖਾ ਦੇ, ਹੁਸੈਨ ਰੋ ਪਏ, ਬਾਬਾ ਮੈਂ ਮੰਗੇ ਤੇ ਤੁਸਾਂ ਦਿੱਤੇ, ਰੋਂਦੇ ਕਿਉਂ ਹੋ? ਸ਼ਬੀਰ ਫਰਮਾਇਆ ਅੱਜ ਤਾਈਂ ਮੰਗੇ ਤੇ ਮੈਂ ਦਿੱਤੇ, ਇੱਕ ਐਸਾ ਵਕਤ ਪਿਆ ਦੇਦਾ ਤੂੰ ਮੰਗਸੇ ਮੈਂ ਦੇ ਨਾ ਸਕਸਾਂ। ਇਹਨਾਂ ਦੇ ਪੜਦੇ ਹੋ ਨਹੀਂ, ਵਸਦੇ ਰਹੋ ਆਬਾਦ ਰਸ਼ਾ, ਕਿਸੇ ਦਾ ਖੁਦਾ ਤੱਕ ਮੁਹਤਾਜ ਨਾ ਕਰੇ। ਐਲ ਬੈਦ ਸਦਕਾ ਹੁਸੈਨ ਦੇ ਸੋਹਣੇ ਪੁੱਤਰ ਕੋ ਰੋਵਣ ਵਾਲੇ ਰਿਵਾਇਤ 'ਚ ਤਾਂ ਇਵੇਂ ਮਿਲਦੇ ਕਿ ਪਰਦੇਦਾਰਾਂ 'ਚ ਵੀ ਬੀਬੀ ਆਉਂਦੀ ਹੈ, ਮਰਦ 'ਚ ਵੀ ਇਮਾਮ ਮਾਨਣ ਅਤੇ ਸ਼ੁਕਰੀਆ ਅਦਾ ਕਰੇ। ਬਸ ਟੁਰ ਪਏ, ਆ ਗਏ ਕਰਬਲਾ, ਦਾਦਾ ਨੀ ਹਾਂ ਅਕਬਰ ਬਾਬੇ ਦੇ ਕੋਲ ਆ ਖੜੇ, ਬਾਬਾ ਮੇਰੇ ਕੋ ਮੌਤ ਦੀ ਇਜਾਜ਼ਤ ਦਿਓ। ਸ਼ਬੀਰ ਫਰਮਾਇਆ ਅਕਬਰ ਤਾਈਂ ਜੀ ਸ਼ਕਲ ਵਕਤ ਦੁਨੀਆ 'ਤੇ ਆਉਣੀ ਕੋਈ ਨਹੀਂ। ਅਕਬਰ ਆਦਨ ਬਾਬਾ ਇੱਕ ਗੱਲ ਦਾ ਜਵਾਬ ਦਿਓ, ਮੇਰੀ ਮਾਂ ਦਾ ਮਕਾਮ ਜ਼ਿਆਦਾ ਹੈ ਜਾਂ ਤੁਹਾਡੀ ਮਾਂ ਦਾ ਮਕਾਮ ਜ਼ਿਆਦਾ? ਸ਼ਬੀਰ ਆਦਨ ਮੇਰੀ ਅੰਮਾ ਦਾ ਮਕਾਮ ਬੁਲੰਦ ਹੈ। ਆਦੇ ਹਾਂ ਬਾਬਾ, ਜ਼ਹਰਾ ਦੇ ਪੁੱਤਰ 'ਤੇ ਜੋ ਔਖੀ ਹੋਵੇ, ਕਿਆ ਲੈਲਾ ਦਾ ਪੁੱਤਰ ਕੁਰਬਾਨ ਨਾ ਥੀਵੇ? ਬਾਬਾ ਹਜ਼ਾਰਾਂ ਸਾਲ ਜ਼ਿੰਦਗੀ ਹੋਵੇ ਅੰਜਾਮ, ਫਰਮਾਇਆ ਮੌਤ, ਬਾਬਾ 18 ਸਾਲ ਜ਼ਿੰਦਗੀ ਅੰਜਾਮ ਮੌਤ, ਅਕਬਰ ਦੇ ਬਾਬਾ ਵੱਲ ਮੌਤ ਦੀ ਇਜਾਜ਼ਤ ਦਿਓ। ਸੁਣ ਸਿਓ ਸ਼ਰੀਫਾ, ਜਿਹੜਾ ਆਖਿਆ ਸੀ ਨਾ ਮੌਤ ਦੀ ਇਜਾਜ਼ਤ ਦਿਓ, ਹੁਣ ਸ਼ਬੀਰ ਉੱਠੀ ਖੜੇ, ਜਿਹਨੇ ਲੋਕੇ ਕਫਨ ਬਣਦਾ ਬੈਠੇ, ਸ਼ਬੀਰ ਨੇ ਪਹਿਲੇ ਅਕਬਰ ਦਾ ਸਜਾ ਪਾਸਾ ਚਾਕ ਕੀਤੇ, ਵੱਧ ਖੱਬਾ ਪਾਸਾ ਚਾਕ ਕੀਤਾ। ਸ਼ਬੀਰ ਨੇ ਪੁੱਤਰ ਕੋ ਪੱਗ ਬਧਵਾਈਏ, ਜਿਹੜਾ ਆਖਰੀ ਲੜ ਬਚ ਗਏ ਨਾ ਪੜਸ ਕਾਲੂ ਇਨਾ ਅਕਬਰ, ਅਕਬਰ ਮੇਰੀ ਤਰਫ ਇਜਾਜ਼ਤ ਹੈ, ਪਰਦੇਦਾਰਾਂ ਤੋਂ ਆਪ ਇਜਾਜ਼ਤ ਗਏ। ਅਕਬਰ ਖੈਮੇ 'ਚ ਹੈ, ਹਰ ਕਹੀਂ ਦੇ ਮਰਨ ਦੇ ਬਾਅਦ ਮਾਤਮ ਹੁੰਦੇ, ਇਹ ਵਾਹਿਦ ਸ਼ਹੀਦ ਹੈ ਜਿਹੜਾ ਆਖਿਆ ਸੀ ਨਾ ਮੇਰਾ ਆਖਰੀ ਸਲਾਮ, ਅਲੀ ਦੀਆਂ ਧੀਆਂ ਪੱਥਰਾਂ ਦਾ ਮਾਤਮ ਕੀਤਾ ਹੈ। ਕੋਈ ਬੀਬੀ ਆਜੀ ਬਰਬਾਦ ਮਦੀਨਾ, ਕੋਈ ਆਜੀ ਸੁਣ ਮਦੀਨਾ, ਕੋਈ ਆਜੀ ਵਾਹ ਮੁਹੰਮਦ, ਕੋਈ ਆਜੀ ਵਾਹ ਅਲੀਆ, ਧੀਆਂ ਦੇ ਬਹੁਤੇ ਹੋਣੀ ਸਦਾ ਵਸਦਾ ਵੇ। ਰਿਵਾਇਤ ਦੇ ਲਫ਼ਜ਼ ਨੇ ਇੱਕ ਫੁੱਫੀ ਨੂੰ ਮਿਲੇ ਹਾਂ, ਉਹ ਗਸ਼ ਕਰਕੇ ਛਣ ਪੋਲੇ ਹਾਂ, ਵੱਧ ਬਾਈ ਨੂੰ ਮਿਲਿਆ ਉਹ ਗਸ਼ ਕਰਕੇ ਛਣ ਪੋਲਿਆ, ਕੋਈ ਮੂੰਹ ਚੁੰਮਦੀ ਆਈ, ਕੋਈ ਸੀਨਾ ਚੁੰਮਦੀ ਆਈ, ਕੋਈ ਹੱਥ ਚੁੰਮਦੀ ਆਈ। ਅਕਬਰ ਨਾਈ ਵਧਾ ਟੁਰਦਾ, ਅਕਬਰ ਦਾ ਜਨਾਜ਼ਾ ਵਧਾ ਟੁਰਦਾ। ਵੀਆਂ ਦੇ ਪੜਦੇ ਹੋਣੀ ਆਏ ਉੱਥਾਂ ਜਿੱਥਾਂ ਫਿਰਾ ਸੱਜਾ ਸੁੱਤਾ ਪਿਆ, ਪੁੱਛਾ ਇਸ ਬਾਖਿਰ ਦੀ ਮਾਂ, ਹਰ ਕੋਈ ਮੈਦਾਨ ਗਏ ਸੱਜਾਦ ਕੋ ਕਿਵੇਂ ਮਿਲ ਕੇ ਗਏ? ਬੀਬੀ ਦੇ ਕਈ ਮੂੰਹ ਚੁੰਮੇ ਕਈ ਸੀਨਾ। ਅਕਬਰ ਬਹਿ ਗਏ, ਪੜਦੇ ਜੋ ਭਿਰਾ ਦੇ ਤਲੀਆਂ ਤੇ ਬੋਸੇ ਦਿੱਤੇ ਨੇ, ਰੋ ਪਏ ਅਕਬਰ ਆਦੇ ਇਹਨਾਂ ਪੈਰਾਂ ਨਾਲ ਤਾਂ ਸਫ਼ਰ ਕਰਨੇ। ਜੀਆਂ ਦੇ ਪਰਦੇ ਹੋਣੀ ਵਸਦਾ ਵਸਦਾ, ਕੋਈ ਜਲਦੀ ਨਹੀਂ ਆਰਾਮ ਨਾਲ, ਪੁਰਸ ਦੇ ਉਹਨੇ ਅਦਾਦਾਰੀ ਕਰਨੀ। ਬਸ ਹੁਸੈਨ ਖੈਮੇ ਚਾਹੇ,
پوتر دے گھوڑے دی واگ نے پیے نہیں، فرمائے نے اکبرا آ چڑھا، آدھے ماں دے خالی ولن دا واسطہ ہے تو کیوں ہے میں پوتر آ آواز ہے اکبر آج پوتر سمجھ کے نہیں آ تے کو نانا سمجھ کے سوار کراوا سوار کرا کھڑا گھوڑا چلن لگا خیمہ دے دروازے تے جعفر صاحب روک لیا گھوڑا جو رکے نا تے اکبر آدھے تھک پئے آدھے مولا میرے پیراں والے پاسے دیکھو اکبر کیا بیٹھا ہے چار سالا بھیڑ پیر پکڑی بیٹھی ہے اکبر آدھے معصوما میں لہیا ہاں بی بی آدھے نا آگے اوکھا بابے سوار کیتا ہی پھپیاں دے کد وڈے ہن کہیں منہ چومے کہیں سینہ اکبر تو ایویں کر رکاباں وچوں پیر کڈ میں تیرے پیر چوم دیا اکبر نے بھیڑ دی گل سنی تے زمین تے لتھے بھیڑ کو ہاں اللہ کیا دے میں سمنے کربلا تے سمنے شام جیوے دل دی میرا منہ چوم میرا سینہ چوم صدا وزدا رہے صدا وزدا رہے ہاں ہاں میں سمنے کربلا تے سمنے شام اکبر آدے میں جھلنی برچی تے جھلنن تماچے اکبر آدے میں ایک دفعہ کشنے تے ہر چوک تے کشنے یا تا وجہ کتے دے بچے شمیر کو جتھائی موقع ملیا حسین معصومہ دھی کو تماچے ماریا آکھڑی سجاد دے کو راگی سجاد یہ کتے دے بچے کو آکھ میں کو کاند دے مارے میں کو بود نہ مارے سجاد میں ملیا دے سامنے سگڑی میں سجے سمدیا میرے رخسار زخمین میں کھبے سمدیا جی جی بابا جی بابا جی رکھوارا کھاں جی بابا رکھوارا کھاں نو دفعہ ریندے ہوئے اکبر کو حسین سدائے نو دفعہ ٹوریس سے سدائے جدا آخری دفعہ اکبر آئے نا آدھے بابا تو سر رون دیو تو میں نہ ویندا بابا بار بار جو سنین دیو تو میں نہ ویندا شبیر آدھے اکبر آج تیرا جوان پتر ہویا اکبر و میدان ونجیا میں تیرا صبر دیکھا اکبر ہن کوئی صدی یا نہ صدی میں نہ صدی سا اکبر گھوڑا بھجائے پڑھ دے انہیں اکبر دے گھوڑے دی لگام اچ دو ہاتھ ہیں آواز اکبر تو تو گھوڑا بھجائی میں نہیں پیچھا موڑ کے دیکھ میرا حسین جھنڈا آدھے اکبر پوتر ہر کہیں کو پیارے ہو دین میں چکیاں بی بی بنے دی رہیا انہیں ایک وار دوٹیا میں ساری رات رو لیا اکبر حوصلہ حوصلہ مقصد عبادت ہے تردا بھی اکبر خیمہ دے در تو آواز آئی ہے اکبر میں تورے در دیا کنیز اکبر اے نا دی جو تو پچھو والا اکبر میں کھنا تا لڑ چین دیا اللہ درجات بلند کرے حافظ حسین مرحوم دے اوپر دیا جدا اکبر جھکے نے تے کیا لکھا ہے 22 سال دا ضعیف بھرا ہے سوچیاں دے سہارے تے دردان ہے اکبر واپس والا ہے بھرا گل لگن سجاد پوچھے اکبر اے وردی کائیں پوائی ہے باب حسین سجاد ادن اکبر ایمے کر اپنے آلا لباس میں کھڑے میرے آلا لباس دھوپا میں میدان میں نہ تو خیمے رہے اکبر میں تو برداشت نہیں چھتا تیرے لہن بعد میرا بابا آدھا وردہ اور میری دید مک گئی ہے سن سے شریفہ اکبر دی آواز ہے سجاد میں برچی جھل کے تا سامنے سا سجاد میں تو برداشت نہیں تھی نا بدماشاں دی بھیڑ ہوے سر کھنگے ماواں تے بھیڑی تے پھپیاں ہوئے پتھر لگنے پئے ہوئے بدماش نچنے کھڑے ہوئے ماں بازار وچ جھن دی وڈی ہوئی جی جی لکھوارا کھوارا جی بابا حوصلہ لکھوارا جی لکھوارا کھوارا پھرا گل لگے ہا
ਦੁਆ ਮੰਗੀ ਕਰ ਸਲਾਹ ਕਹਿੰਦਾ ਜਵਾਨ ਬਿਰਾ ਨਾ ਮਰੇ ਬਿਰਾ ਗੱਲ ਲੱਗੇ ਜਾ ਵੀ ਸਹਿਜ ਨਾ ਗੱਲ ਲੱਗੇ ਖੜੇ ਨਾ ਤਾਂ ਫੀਦਾ ਦੌੜ ਪਈ ਹੈ ਉਸ ਜਾਤੀ ਹੈ ਜਿੱਥੇ ਹੁਸੈਨ ਮੌਲਾ ਬੈਠਾ ਹੁਸੈਨ ਪੁੱਤਰ ਮਰਨ ਵਾਲੇ ਨੀ ਜਾਂ ਅਕਬਰ ਮਰਵੇ ਸੇ ਜਾਂ ਸੱਜਾਦ ਮਰਵੇ ਸੇ ਦੌੜ ਪਈ ਹੁਸੈਨ ਹੇ ਖਾਤਾ ਅਕਬਰ ਦੀ ਕਲਾਈਏ ਪਾਇਆ ਮੀਆਂ ਸੱਜਾਦ ਦੀ ਕਲਾਈਏ ਪਾ ਕੇ ਆਸਮਾਨ ਦੇ ਮੂੰਹ ਕਰ ਗਿਆ ਦੇ ਛੋੜ ਦਿਓ ਮੇਰੇ ਨਾਲ ਮੈਂ ਹੁਸੈਨ ਦੀ ਆਪਣੀ ਕਿਸਮਤ ਹੀ ਵਿਆਈ ਦੀਆਂ ਨੇ ਵਰਦੇ ਹੋ ਜੀ ਬਸ ਤੁਰ ਜੁਰੀ ਅਕਬਰ ਆਇਆ ਤੇ ਸੋਹਣਾ ਹਮਲਾ ਕੀ ਉਸ ਹੁਸੈਨ ਟਿੰਬੇ ਤੇ ਖੜਾ ਅਕਬਰ ਲੜਦਾ ਵਾਂਦਾ ਇੱਕ ਐਸਾ ਮੌਕਾ ਆਏ ਅਕਬਰ ਫੌਜਾਂ ਚ ਗੁੰਮ ਥੇ ਸ਼ਬੀਰ ਲੈਲਾ ਦੇ ਕੋਲ ਆਏ ਲੈਲਾ ਅੱਲਾਹ ਕੁਰਾਨ ਚਾਹਦੇ ਜਦਾਂ ਔਲਾਦ ਤੇ ਔਖੀ ਬਣ ਮੰਜੇ ਤੇ ਮਾਂ ਔਲਾਦ ਵਾਸਤੇ ਦੁਆ ਮੰਗੇ ਅੱਲਾਹ ਕਬੂਲ ਕਰੇ ਦੇ ਮੇਰੇ ਅਕਬਰ ਫੌਜਾਂ ਚ ਵੀ ਹੀਰ ਗਏ ਦੁਆ ਮੰਗ ਬੀਬੀ ਸਰ ਤੇ ਕੁਰਾਨ ਰੱਖੇ ਬੀਬੀਆਂ ਨੇ ਯਾਰ ਦਾ ਯੂਸੁਫ ਵੇਲਾ ਯਾਕੂਬ ਯਾਕੂਬ ਯੂਸੁਫ ਮਿਲਾਉਣ ਵਾਲਾ ਅੱਲਾਹ ਮੇਰੇ ਅਕਬਰ ਦੀ ਮੁਸ਼ਕਿਲ ਹੱਲ ਫਰਮਾ ਬਸ ਅਕਬਰ ਵਾਪਸ ਵੱਲੇ ਜਾਫਰੀ ਸਾਹਿਬ ਪਿਓ ਦੇ ਕੋਲ ਆਖੜੇ ਆਲੇ ਬਾਬਾ ਅੱਲਾਹ ਦਾ ਸ਼ਕਤ ਕਦਲ ਨਹੀਂ ਬਾਬਾ ਮੇ ਪੁੱਤਰੇ ਮਾਰ ਮੁਕਾ ਸ਼ਬੀਰ ਆਦੇ ਨਾ ਮੇਰੀ ਜ਼ੁਬਾਨ ਚੂਸ ਥੋੜੀ ਜਿਹਾ ਦੇਰ ਚੂਸੀਏ ਜ਼ੁਬਾਨ ਮਾਰ ਕੱਢੀਏ ਆਲੇ ਬਾਬਾ ਐ ਬਸ ਉਹ ਲਿਸਾਨਾ ਕਾ ਮੇ ਲਿਸਾਨੀ ਬਾਬਾ ਤੁਹਾਡੀ ਜ਼ੁਬਾਨ ਤਾਂ ਮੈਂ ਤੂੰ ਜ਼ਿਆਦਾ ਖੁਸ਼ ਕੇ ਸ਼ਬੀਰ ਆਦੇ ਅਕਬਰ ਜਿਹੜਾ ਮੈਦਾਨ ਵੇਂਦੇ ਤੇ ਬੰਦੇ ਮੈਂ ਤੂੰ ਪਾਣੀ ਮੰਗਦੇ ਦੱਸੋ ਮੈਂ ਹੁਸੈਨ ਕਹਿ ਕਰੂੰ ਬੰਦਾ ਅਕਬਰ ਭੱਜਦੇ ਹੋਏ ਘੋੜੇ ਤੋਂ ਲੱਥਈ ਅਕਬਰ ਇਨਸਾਫ ਨਾਲ ਲੈਸਾ ਜਿਹੜਾ ਹੁਸੈਨ ਅਕਬਰ ਕੋ ਬੇਮੌਸਮੇ ਫਲ ਖਾਂਦਾ ਜਿਹੜਾ ਹੁਸੈਨ ਉੱਚੀ ਉੱਚੀ ਤੇ ਅੱਧ ਰਾਤ ਵੇਲੇ ਮੂੰਹ ਚੁੰਮਦਾ ਅੱਲਾ ਜਾਣੇ ਉਹ ਪੁੱਤਰ ਦੀ ਲਾਸ਼ ਤੇ ਆਇਆ ਕਿਵੇਂ ਜਦਾ ਲੱਥਾ ਨਾ ਅਕਬਰ ਦੇ ਆ ਕੇ ਬਾਬਾ ਮੈਂ ਲਾਹਦਾ ਪਿਆ ਕਿਤਾਬਾਂ ਤਾਂ ਇਹ ਮਿਲਦੇ ਬਜ਼ੁਰਗ ਪੜ੍ਹਦੇ ਨੇ ਪੀਦਾ ਹੁਸੈਨ ਅਕਬਰ ਦੀ ਲਾਸ਼ ਤੇ ਇਵੇਂ ਆਏ ਜਿਵੇਂ ਬੱਚਾ ਬਾਬੜੇ ਦਿੰਦੇ ਕੋਈ ਬੇਗਾਰਾ ਦਾਦਾ ਹੁਸੈਨ ਦੇ ਅਕਬਰ ਇਹਦੇ ਲਹਿ ਗਏ ਹੁਸੈਨ ਨੂੰ ਨਹੀਂ ਤੁਰ ਪੋੜਿਆ ਕੋਈ ਆਦਾ ਇਹਦੇ ਲਹਿ ਗਏ ਹੁਸੈਨ ਨੂੰ ਨਹੀਂ ਤੁਰ ਪੋੜਿਆ ਆਦਾ ਵੱਡਾ ਅਕਬਰ ਮੇਰੀ ਨੀਂਦ ਮੁੱਕ ਗਈ ਹੈ ਜਵਾਬ ਦਿਓ ਮੇਰਾ ਸੋਹਣਾ ਬੱਚਾ ਤੁਰਦਾ ਹੀ ਵਜਾ ਤੇ ਆਦਾ ਵੱਡਾ ਕਹਿਣ ਦਿੱਤਾ ਹੋਵੇ ਨਾਲ ਅਕਬਰ ਅੱਗੇ ਆਉਂਦਾ ਆਮ ਦੋਵੇਂ ਹੱਥੇ ਨਾਲ ਸਲਾਮ ਕਰੇ ਨਾ ਅਕਬਰ ਇੱਕ ਹੱਥ ਸੀਨੇ ਤੇ ਕਿਉਂ ਹੋਈ ਆਵਾਜ਼ ਬਾਬਾ ਮੇ ਕੋ ਬਰਛੀ ਲਾ ਗਈ ਸ਼ਬੀਰ ਆਦਨ ਮਰਛੀ ਦਾ ਦਰਦ ਆਈ ਨਾ ਬਾਬਾ ਬਰਛੀ ਦਾ ਦਰਦ ਨਹੀਂ ਬੇਗਰਾ ਦੇ ਤਾਨੇ ਦਾ ਦਰਦ ਮੇ ਕੋ ਆਦਾ ਸ਼ਬੀਰ ਵੱਡਾ ਸਾਹਬੇ ਵੇ ਪੁੱਤ ਦੇ ਸੀਨੇ ਚੋਂ ਫਲ ਕੱਢੇ ਸੇ ਮੈਂ ਦੇਖ ਸਾ ਕਿਤਨਾ ਸਾਹਬੇ ਅਕਬਰ ਵੱਤ ਸਬਰ ਕਰੇ ਸੇ ਮੈਂ ਫਲ ਛੀਕਾ ਆਦੇ ਬਾਬਾ ਪਹਿਲੇ ਦਾਦੇ ਇਬਰਾਹੀਮ ਕੁਸ਼ਾਰ ਜੀ 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 ਬਾਬਾ ਜੀ ਬਾਬਾ ਦਾਦੇ ਇਸਮਾਇਲ ਕੁਸ਼ਾਰ ਨਾਨੇ ਮੁਹੰਮਦ ਕੁਸ਼ਾਰ ਸ਼ਬੀਰ ਆਦੇ ਨਬੀ ਦੇ ਖਰਨ ਸਾਰੇ ਆਏ ਕੜਨ ਸ਼ਬੀਰ ਬਰਸ਼ੀ ਅਜ ਹੱਥ ਪਾਇਆ ਸਿਰਫ ਬਰਸ਼ੀ ਨਹੀਂ ਹੱਲੀ ਅਕਬਰ ਦਾ ਕਲੇਜਾ ਹੱਲਾ ਹੈ ਕਰਬਲਾ ਦੀ ਜ਼ਮੀਨ ਹਲ ਗਈ ਹੈ ਅਕਬਰ ਦੇ ਸੀਨੇ ਤੇ ਦੋ ਹੱਥ ਹੈ
ਕਰੋੜ ਕੰਨੇ ਤੇਰਾ ਪਰਚ ਕੱਢੀਐਸ ਅਕਬਰ ਦੇ ਸੀਨੇ ਵਿੱਚੋਂ ਤੇਰਾ ਖੂਨ ਨਿਕਲਾ ਸ਼ਬੀਰ ਹੱਥਾਂ ਦੇ ਘੀਲਾ ਮੈਂ ਅਦਾ ਅਕਬਰ ਆਖਿਆ ਉਸ ਬਾਬਾ ਮੇਰਾ ਜੋ ਖੂਨ ਨਿਕਲਦਾ ਪੇ ਕਿਆ ਮੈਂ ਮਰਵੇ ਸਾਂ ਸ਼ਬੀਰ ਦੀ ਆਵਾਜ਼ ਆਈ ਹੁਣ ਤੂੰ ਨਾ ਮਰਸੇ ਹੁਣ ਮੈਂ ਮਰਵੇ ਸਾਂ ਅਕਬਰ ਦੇ ਜਵਾਨ ਦਰਵਾਜ਼ੇ ਨੂੰ ਜੀਵਨ ਦੇ ਕਾਬਿਲ ਨਹੀਂ ਹੋਣ ਆ ਮੇਰਾ ਸੋਨਾ ਬਚਣਾ ਸੀਨੇ ਵਾਲਾ ਖੂਨ ਸਾਡੇ ਮਲਣਾ ਸ਼ੁਰੂ ਕੀਤਾ ਤਿਆਰ